ਸਤਿ ਸ੍ਰੀ ਅਕਾਲ ਦੋਸਤੋ ਖੇਤੀ ਇੱਕ ਅਜਿਹਾ ਪੇਸ਼ਾ ਹੈ ਜੋ ਸਾਡੇ ਪੰਜਾਬੀਆਂ ਦੇ ਦਿਲ ਵਿੱਚ ਵਸਦਾ ਹੈ ਪਰ ਸਫਲ ਖੇਤੀ ਲਈ ਸਾਨੂੰ ਕੁਝ ਗਲਤੀਆਂ ਤੋਂ ਬਚਣਾ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ 10 ਗਲਤੀਆਂ ਜੋ ਤੁਹਾਨੂੰ ਸਫਲ ਖੇਤੀ ਕਰਨ ਤੋਂ ਰੋਕ ਸਕਦੀਆਂ ਹਨ ਪਹਿਲੀ ਗਲਤੀ ਗਲਤ ਫਸਲ ਚੋਣ ਹਰ ਖੇਤਰ ਦੀ ਮਿੱਟੀ ਅਤੇ ਮੌਸਮ ਵੱਖਰੇ ਹੁੰਦੇ ਹਨ ਇਸ ਲਈ ਫਸਲ ਦੀ ਚੋਣ ਸੋਚ ਸਮਝ ਕੇ ਕਰੋ ਦੂਜੀ ਗਲਤੀ ਰਸਾਇਣਕ ਖਾਦਾਂ ਦਾ ਅਤਿ ਪ੍ਰਯੋਗ ਇਹ ਮਿੱਟੀ ਦੀ ਫਰਟੀਲਿਟੀ ਨੂੰ ਘਟਾਉਂਦੀਆਂ ਹਨ ਅਤੇ ਫਸਲ ਦੀ ਗੁਣਵੱਤਾ ਨੂੰ ਖਰਾਬ ਕਰਦੀਆਂ ਹਨ ਤੀਜੀ ਗਲਤੀ ਖੇਤਾਂ ਦੀ ਦੇਖਭਾਲ ਨਾ ਕਰਨਾ ਖੇਤਾਂ ਨੂੰ ਸਮੇਂ-ਸਮੇਂ ਤੇ ਜਾਂਚਣ ਅਤੇ ਸਫਾਈ ਦੀ ਲੋੜ ਹੁੰਦੀ ਹੈ ਚੌਥੀ ਗਲਤੀ ਪਾਣੀ ਦਾ ਠੀਕ ਪ੍ਰਬੰਧਨ ਨਾ ਕਰਨਾ ਫਸਲ ਨੂੰ ਪਾਣੀ ਸਮੇਂ ਤੇ ਮਿਲਣਾ ਬਹੁਤ ਜ਼ਰੂਰੀ ਹੈ ਨਾ ਤਾਂ ਜ਼ਿਆਦਾ ਤੇ ਨਾ ਤਾਂ ਘੱਟ ਪੰਜਵੀਂ ਗਲਤੀ ਬਹੁਤ ਜ਼ਿਆਦਾ ਘਣਤਾ ਨਾਲ ਬਿਜਾਈ ਇਹ ਫਸਲ ਦੇ ਵਾਅਦੇ ਨੂੰ ਰੋਕਦੀ ਹੈ ਅਤੇ ਰੋਗਾਂ ਦੇ ਪੈਣ ਦਾ ਖਤਰਾ ਵਧਾਉਂਦੀ ਹੈ ਛੇਵੀਂ ਗਲਤੀ ਮਿੱਟੀ ਦੀ ਗੁਣਵੱਤਾ ਨੂੰ ਨਜ਼ਰਅੰਦਾਜ਼ ਕਰਨਾ ਤਾਰਾ ਚਿੰਨ ਤਾਰਾ ਚਿੰਨ ਸਿਹਤਮੰਦ ਮਿੱਟੀ ਸਿਹਤਮੰਦ ਫਸਲ ਲਈ ਬਹੁਤ ਜ਼ਰੂਰੀ ਹੈ ਸਤਵੀਂ ਗਲਤੀ ਪੁਰਾਣੀਆਂ ਖੇਤੀ ਤਕਨੀਕਾਂ ਦਾ ਇਸਤੇਮਾਲ ਨਵੀਨ ਤਕਨੀਕਾਂ ਅਤੇ ਨਵੀਨਤਮ ਜਾਣਕਾਰੀ ਨੂੰ ਅਪਣਾਉਣਾ ਸਫਲਤਾ ਲਈ ਜ਼ਰੂਰੀ ਹੈ ਅੱਠਵੀਂ ਗਲਤੀ ਕੀੜਾ ਮਕੌੜਾ ਨਿਯੰਤਰਣ ਦਾ ਧਿਆਨ ਨਾ ਦੇਣਾ ਇਹ ਫਸਲ ਦੇ ਨਾਸ ਹੋਣ ਦਾ ਮੁੱਖ ਕਾਰਨ ਹੋ ਸਕਦਾ ਹੈ ਨੌਵੀਂ ਗਲਤੀ ਫਸਲ ਚੱਕਰ ਨੂੰ ਨਜ਼ਰਅੰਦਾਜ਼ ਕਰਨਾ ਇਹ ਮਿੱਟੀ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ 10ਵੀਂ ਗਲਤੀ ਰਿਕਾਰਡ ਰੱਖਣ ਦੀ ਕਾਟ ਖੇਤੀ ਦੇ ਹਰ ਪਾਸੇ ਦਾ ਲੇਖਾ ਰੱਖਣਾ ਬਹੁਤ ਜ਼ਰੂਰੀ ਹੈ ਇਸ ਨਾਲ ਅਗਲੀ ਵਾਰ ਤਿਆਰੀ ਆਸਾਨ ਹੁੰਦੀ ਹੈ ਦੋਸਤੋ ਜੇ ਤੁਸੀਂ ਇਹ 10 ਗਲਤੀਆਂ ਤੋਂ ਬਚਦੇ ਹੋ ਤਾਂ ਤੁਹਾਡੀ ਖੇਤੀ ਸਫਲ ਹੋਵੇਗੀ ਇਹਨਾਂ ਨੁਕਸਾਨਾਂ ਤੋਂ ਸੱਚੇ ਰਹੋ ਅਤੇ ਖੇਤੀ ਦੇ ਅਸਲ ਸੁਆਦ ਨੂੰ ਮਾਣੋ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਅਸੀਂ ਅਗਲੀ ਵਾਰ ਫਿਰ ਮਿਲਾਂਗੇ ਨਵੇਂ ਵਿਸ਼ੇ ਤੇ